ਕਿਹੜੇ ਕਾਤੋਂ ਕੱਢ ਰਹੇ ਹੋ ਅੰਕਲ ਸਾਡਾ ਖੂਨ ਪੜਦਾ ਦੇ ਵੀ ਕਹਿੰਦੀ ਬਣਾਉਣਾ ਆਏ ਆ ਇਹਦਾ ਕਹਿੰਦਾ ਪੇਮੈਂਟ ਲੱਗੂਗੀ ਵੱਧ ਜੇ ਲੈਣਾ ਤਾਂ नकम्मे बंदे ने हद तक नी तुरे हजार कन तेरे देसी जट नू नी हाथ मुसा दे दमार लैन दे की कहिंदे सी बचपन कर गया जाती बचपन कर गया जाती रब्बा किथे जान फसाती गल बनी कोई पता किन्ना सोहना बचपन सीगा मेरा फेर खराब किने कीता आप ही कीता किसे ने धक्का तां नहीं कीता धक्का कीता चार बंदे आए मेनू बिठाया सगन पाया मेनू पता नहीं कहिंदे मंगिया गया ਜਦ ਤੱਕ ਸਾਈਟਰ ਸੀ ਵੀ ਜਲਦੀ ਮੇਰੀ ਇੰਗੇਜਮੈਂਟ ਕਰੋ ਮੇਰਾ ਵਿਆਹ ਕਰੋ ਹੈ ਕਿ ਨਹੀਂ ਸੁੱਕ ਮੇਰੇ ਤੋਂ ਮਾਹੌਲ ਬਣਾਉਂਦਾ ਲੱਗਦਾ ਹਾਂ ਹੁਣ ਤੂੰ ਕਿੱਧਰ ਹੈ ਪਹੁੰਚ ਗਈ ਅਸੀਂ ਭੈਣ ਹੁਣਾਂ ਕੋਲ ਮੈਲਕਣਾ ਪਹੁੰਚ ਗਏ ਹੁਣ ਇੱਥੇ ਇਹਨਾਂ ਨੂੰ ਲੱਭਣਾ ਪਊਗਾ ਕਿੱਥੇ ਆ ਹਨਾ ਉਹ ਕੋਲ ਖੜੀ ਆ ਭੈਣ ਓਏ ਉਹਦੇ ਸੋਨੀ ਖੜੀ ਹਾਏ ਉਹਦੇ ਨਾਲ ਦੇ ਕਿੱਥੇ ਹਾਏ ਸੋਨੀ ਕੱਲੀ ਤੁਰੀ ਫਿਰਦੀ ਆ ਉਹਦੇ ਦੋ ਆਪਣੇ ਪਰਲੇ ਪਾਸੇ ਕਿਤੇ ਹੋਰ ਖੜੀ ਆ दुकान बंद ही करती जमा खोलन ही हट गया दुकान मुड़के मैं भी अज कहने लेना चुला चुला लेना गा कर लिया सवारियां लोड सारियां पटियाले अपनी जलूस निकलू अपना चाह हो गई भेनी मैं लिया फिर सारिया ने मूहरे चाह करती नजर निहाल कहना भी लिया चाह फिर तेन पता ओडी उठ कड़िया सुखी फिर मैं झाड़ू ला के आई सुखी कमरे च कपड़े ले खड़ी मैं कहा सुखी नहाउण भी चली कहिंदी होर फिर काम पड़ी चेहरा ना ना के मैं ठंडे पानी मैं खाजा ले वो
ਗੋਲੂ ਦੀ ਬਾਲੀ ਡਿਮਾਂਡ ਆ ਲੋਕ ਕਮੈਂਟ ਕਰਦੇ ਨੇ ਕਹਿੰਦੇ ਵੀ ਉਹ ਗੋਲੂ ਦਾ ਸਪੈਸ਼ਲ ਵਲੌਗ ਬਣਾਓ ਇੱਕ ਤੂੰ ਦੇਖਿਆ ਨਹੀਂ ਕਮੈਂਟ ਲੈ ਕਹਿੰਦੇ ਤੁਹਾਡੇ ਗੋਲੂ ਦਾ ਸਪੈਸ਼ਲ ਇੱਕ ਲੰਬਾ ਵਲੌਗ ਬਣਾਓ ਇੰਨੀ ਡਿਮਾਂਡ ਆ ਗੁੱਲੂ ਦੀ ਨਹੀਂ ਲੈਣਾ ਗੁੱਲੂ ਦੇਖ ਲੋ ਜਿਦਨ ਇਹ ਹੋਈ ਸੀ ਮੈਂ ਕਹੋ ਕੀਤੀ ਸੀ ਆਪਣੇ ਫੋਨ ਲਾ ਕੇ ਮੈਂ ਆਪਣੇ ਜਿਹੜੀ ਅਸੀਸ ਆ ਨਾ ਉਹ ਬਿਕੋਜ਼ ਕਰੂ ਜ਼ਿੰਦਗੀ ਚ ਕਹੋ ਬਣ ਬਲੌਗ ਦੇ ਵਿੱਚ ਸਾਰੇ ਜਣੇ ਗਵਾਹ ਨੇ ਹੁਣ ਜੇ ਕੋਈ ਮੁੱਕਰੂਗਾ ਬਲੌਗ ਆ ਕੇ ਦੇਖ ਲਿਓ ਸਾਰੇ ਜਣੇ ਮੈਨੂੰ ਬਹੁਤ ਵਧੀਆ ਲੱਗਿਆ ਨੇ ਸਿੱਖੇ ਨੇ ਮੈਨੂੰ ਹੁਣ ਸਾਰ ਹੌਸਲਾ ਦਿੱਤਾ ਕੁਛ ਵੱਡਾ ਕੰਮ ਕਰੂਗੀ ਮੈਂ ਕੁਛ ਵੱਡਾ ਕਰੂ ਕੁਛ ਮਰਜ਼ੀ ਹੋਵੇ ਜ਼ਿੰਦਗੀ ਚ ਵੱਡਾ ਕਰੂ ਤਾਂ ਇਹ ਇੰਨੀ ਡਿਮਾਂਡ ਹੋ ਗਈ ਹੈ ਨਾ ਇਹ ਬਣੂਗੀ ਸਿੰਗਰ ਐਡੇ ਰਾਗ ਲਾਉਂਦੀ ਹੈ ਨਾ ਇਹ ਉਹਨੂੰ ਫੇਲ ਕਰੋ ਕਿਹੜਾ ਪੌਪ ਸਿੰਗਰ ਮਾਈਕਲ ਵਾਈਪਰ ਜਸਟਿਨ ਬੀਬਰ ਜਸਟਿਨ ਬੀਬਰ ਨੂੰ ਫੇਲ ਕਰੋ ਵਾਈਪਰ ਬਾਦ ਨੂੰ ਲੱਗੀ ਮੇਰੀ ਰਾਗ ਲਾਉਂਦੀ ਆ ਮੇਰੀ ਪਿੰਡੀ ਜੀ ਬੇਬੇ ਆਈ ਗਰੂ ਬੇਬੇ ਹਾਈ ਬੇਬੇ ਬੇਬੇ ਆ ਕਰੀ ਕਰੀ ਬੱਬੂ ਸਪਾਈਡਰਮੈਨ ਕਿੱਥੇ ਸਾਡਾ ਸਪਾਈਡਰਮੈਨ ਸਾਡਾ ਡੈਡ ਹੋ ਗਿਆ ਪਿਆ ਚਾਚਾ ਮੈਂ ਤੈਨੂੰ ਦੱਸੀ ਆ ਨਾ ਮੇਰੀ ਫੈਟ ਹੋ ਗਈ ਪੂਰੀ ਬਦਹਾਜ਼ਮੀ ਹੋ ਗਈ ਸੀ ਉਹ ਵੀ ਮੈਨੂੰ ਫਿਰ ਮੰਮੀ ਦੀ ਯਾਦ ਆਈ ਨਹੀਂ ਮੰਮੀ ਹੋਈ ਆ ਉਹ ਤਾਂ ਮਾਂ ਹਾਂ ਬਹੁਤ ਜੂਆ ਪੈਂਦੇ ਛੋਟੇ ਹੁੰਦੇ ਦੇ ਥੋੜਾ ਜੀ ਪਰ ਬਹੁਤ ਹੀ ਜਿਆਦਾ ਮਹਿੰਗਾ ਹਾਏ ਹਾਏ ਰੋ ਆਪਣੇ ਦਾ ਗੱਡੀ ਰੋ ਕੇ ਕਿਉਂ ਬਾਈ ਮੰਨਦੇ ਹੋ ਸੁੱਖ ਜੋਲ ਦੀ ਭੈਣ ਆਏ ਜਲੇਬੀ ਉਧਰ ਹੀ ਬੱਜੇ ਸੀ ਉਹ ਵਿੱਚ ਆਪਣੀ ਜਲੇਬੀਆਂ ਤੇ ਨੀਤ ਆ ਇੱਕ ਦੇ ਦੋ ਜਲੇਬੀ ਸੁੱਖ ਛੱਡਿਆ ਮੈਨੂੰ ਪਤਾ ਹੁੰਦਾ ਆਸ਼ਕੀ ਨੀ ਕੀਤੀ ਰਾਹ ਜਾਂਦੇ ਆਂ ਦੇ ਨਾਲ
ਕਿਲੋਮੀਟਰ ਤੋੜ ਕੇ ਲੈ ਕੇ ਆਇਆ ਇਹਨਾਂ ਨੂੰ ਸੱਚਾ ਹੈ ਕੋਈ ਅੰਦਰ चॉकलेट घ्योर स्पेशल ਹੁਣ ਮੈਨੂੰ ਇਹਦੇ ਕੋਲ ਚੀਕ ਖਵਾ ਦੇ ਉਸ ਵੀ ਨਾ ਕਿੰਨੇ ਦੇ ਲਓ ਮੈਂ ਬਾਰ ਵੀ ਬੁਰਪੀਰ ਜੋ ਨਹੀਂ ਹੈ ਵਾਸਤੇ ਐਡਾ ਵੱਡਾ ਹੁੰਦਾ ਕੋਲ 35 ਦਾ ਇੰਨਾ ਪਤਾ ਹੁੰਦਾ ਹੈ ਬਾ ਠੀਕ ਆ ਚਲ ਕੋਈ ਗੱਲ ਨਹੀਂ ਅੱਜ ਹੀ ਲੈ ਜੀ ਫਿਰ ਲੈ ਕੇ ਜਾਵਾਂ ਅੱਜ ਹੀ ਲੈ ਜੀ ਫਿਰ ਵੱਧ ਲੈ ਜੀ ਨਾਲ ਇਹਨੂੰ ਲੋੜੀ ਚ ਉਹ ਨਹੀਂ ਖਰਾਬ ਹੋ ਜਾਂਦਾ ਬਾਹਰ ਤਾਂ ਉਹ ਪਰਸੋਂ ਤੋਂ ਥਿੰਦ ਜਾਣਾ ਠੀਕ ਆ ਕਿਉਂ ਦਾ ਕੋਈ ਸੂਟ ਸਾਡ ਪਸੰਦ समान ले लिया है सारा हो गया डन है मामी हज भुल गया भुल जाता बंदा कई बार ओए मामी की कहंदी आ हाय बच्चन आ है कि खुश होंगी है ना तेरे को आके वीडियो बनती है मेरी टुन्नी तो सोना लगू है टुन्ना टुन्नी बन जाने पंजाबी सलवार सूट ना पर मेरा एक मन करता मैं ले जावा नाल हां थोड़ी बड़ी हो जाए पा दी ले जा ले जा ले जा ओथे गर्मी च भी किसी दिन पा जे तू एक दा बड़ा लेना तो ले ला साल दी ते पा दी ਇਹ ਤਾਂ ਛੋਟਾ ਨਹੀਂ ਹੈਗਾ ਬਈ ਹੋਰ ਨਾ ਨਹੀਂ ਲਵੇ ਇਹ ਤਾਂ ਖੇਲ ਲੈ ਲਾਂਗੇ ਆ ਦੋ ਕਰ ਦੋ ਤੂੰ ਮੇਰੀ ਗੱਲ ਸੁਣ ਲੈ ਹੁਣ ਫੇਰ ਦੀ ਲੱਗੀ ਵੀ ਆਵੇ ਬਹੁਤ ਘੱਟ ਲਈ ਆ ਫਿਰ ਸਵੇਰ ਦੇ ਐਵੇਂ ਤੁਰੇ ਫਿਰਦੇ ਆ ਕੋ ਲੱਗੇ ਨਹੀਂ ਆਪ ਲੇਟ ਹੋ ਗਏ ਹਨੇਰਾ ਹੋ ਗਿਆ ਦੇਖ ਲੈ ਚਾਹੇ ਹਾਂ ਤੜਕੇ ਦੇ ਸ਼ਾਪਿੰਗ ਕਰ ਲਾਂਗੇ ਤੜਕੇ ਦੇ ਆ ਦੇ ਬੋਰ ਕਿਉਂਕਿ ਕੁਝ ਮਿਲਿਆ ਨਹੀਂ ਹਲੇ ਤੱਕ ਅਸੀਂ ਤਾਂ ਉਮੀਦ ਤੁਰੇ ਫਿਰਦੇ ਆ ਤਾਂ ਮਿਲਿਆ ਕੁਝ ਨਹੀਂ ਸਾਨੂੰ ਮਾਂ ਦੇ ਭਾਬੀ ਦਾ ਇੱਥੇ ਤੁਹਾਡੇ ਮਾਈਚਰ ਮਹਨੂ ਹੋਰ ਲੈ ਲੈਣਾ ਰੂਮ ਰਾਮ ਕੋ ਇੱਥੇ ਰਹੋ ਸਵੇਰੇ ਉੱਠਿਓ ਫੇਰ ਸ਼ਾਪਿੰਗ ਕਰ ਲਈ ਪੈ ਗਏ ਸਵੇਰੇ ਉੱਠਿਓ ਫੇਰ ਸ਼ਾਪਿੰਗ ਕਰ ਲਈ ਕੀ ਖਾਣਾ ਭੁੱਖ ਲੱਗੀ ਆ ਵਾਲੀ ਜਾ ਪੂਰੀ ਫੁੱਲ ਬਣਾ ਦੇ ਬਾਈ ਉਹਨੂੰ ਮੱਖਣ ਵਾਲੇ ਪੁਲਕੇ ਮੱਖਣ ਪਰੀ ਪਾ ਕੇ ਬਣਾ ਰਹੇ ਹਾਂ ਪੂਰੇ ਵਧੀਆ ਸਵਾਦ ਹੈ ਤੂੰ ਇੰਨੀ ਜ਼ਿਆਦਾ ਭੁੱਖ ਮੈਂ ਤਾਂ ਐਵੇਂ ਠੰਡਾ ਫੜ ਕੇ ਹੀ ਖਾਣਾ ਹੈ ਤੂੰ ਮੈਨੂੰ ਵੀ ਆਈ ਇੰਨੀ ਭੁੱਖ ਲੱਗੀ ਦੂਰੋਂ ਹੀ ਆਰਡਰ ਮਾਰਤਾ ਵੀ ਬਣਾ ਦੇ ਬਾਈ ਤੇਰੀ ਤਾਂ ਕੋਈ ਡਾਈਟ ਚੱਲਦੀ ਸੀ ਕਿ ਬਸ ਕਿਧਰ ਹੀ ਗਈ ਹੁਣ ਜਿੰਨਾ ਸਾਡਾ ਸਵੇਰ ਦੇ ਇੰਨੀ ਅਸੀਂ ਤੁਰ ਰਹੇ ਆ ਹਾਂ ਸਾਨੂੰ ਬਹੁਤ ਕੁਝ ਚਾਹੀਦਾ ਸੀ ਖਾਣ ਨੂੰ ਹਾਏ ਮਾਤਾ ਓਏ ਮੈਂ ਆਏ ਹੈਰਾਨ ਇੱਕ ਗੱਲ ਤੇ ਮੇਰੀ ਗੱਲ ਤਾਂ ਸੁਣ ਲੈ ਓਏ ਗੱਲ ਤਾਂ ਸੁਣ ਲੈ ਮੈਂ ਹੈਰਾਨ ਆ ਵੀਰ ਕੁੜੀਆਂ ਇੰਨੀ ਵੀ ਸ਼ਾਪਿੰਗ ਕਰ ਲੈਂਦੀਆਂ ਹਾਂ ਹੱਥ ਨਹੀਂ ਲੱਗਦਾ ਕੋਈ ਸੀ ਵਿਆਹ ਵੇਲੇ ਮੈਂ ਤਾਂ ਨਹੀਂ ਸਾਰੀ ਜ਼ਿੰਦਗੀ ਚ ਆਪ ਦੇ ਇੰਨੇ ਕੁਝ ਸਮਾਨ ਲੈ ਸਕਦਾ ਨਹੀਂ ਲੈ ਸਕਦਾ ਬਾਈ ਨਹੀਂ ਲੈ ਸਕਦਾ ਮੈਂ ਨਹੀਂ ਨਾ ਲੈ ਸਕਦਾ ਮੇਰੀ ਗੱਲ ਸੁਣ ਮੈਂ ਕਿਧਰੇ ਕੀ ਮੈਂ ਸਾਰਾ ਘਰ ਛੱਡ ਕੇ ਹੋਰ ਘਰ ਜਾਣਾ
48 सौ सूट एक दिन थोड़ी पाना जिन्हें तू लैने जुत्ती थोड़ी पानी तुम जुत्ती नहीं दवा सूट नहीं दवा हजे तक यह चार भैणा ते एक मेरी जनानी दी शॉपिंग नहीं की। हां केड़ी कुछ नहीं लिया हुण बोलो थोड़ा टंबिया ना लत्ता सुटियां मैनू पता सी तुसी सूट नहीं लैणा तां नहीं लैणा अज तुसी सूट नहीं लैंदी यार मैं तुहानू एक बारी कहता तां कहता जिन्ने मर्जी देख लो जो सूटा माणी नहीं खड़ रहा नन्ना नुन्ना नहीं सूटा मन नहीं खड़ता भाई मन खड़ाओ गुरी तू डन पूरे दो घंटे बहस पिछो दूर बैठे बैठा सुता पिया क्या बात चलो पटियाले तो नाराज होके जाते हुए सिस्टम हो गया अज डेक के दुआरे चढ़ के हाय रुक गया
उतर के दुबारे चढ़ गई हासा निकल गया ਤੁਸੀਂ 5 ਮਿੰਟ ਚ ਭਾਈ ਦਾ ਇਹੋ ਜਿਹਾ ਹਾਲ ਕਰਤਾ ਮੇਰਾ ਕੀ ਹੋਊਗਾ ਆਹ ਸਹੀ ਗੱਲ ਆ टोपी दिखी पई मेनू मैं भी आमने आओ आ गई मैं चल मैं पहना है चल हूं आके टाकी खड़काऊगी मैं हूं भी अख मिट के देखा दो मिनट फिर देखा हमने टाकी ना खड़काई मैं टक गुट के आया देखा फिर गैप नहीं सोनी दोबारे फिर उठा ओदो फिर खड़ी तेरी बात देखा ओदो ही रिक्शे ते मैं चल कोई नहीं फिर बढ़ गया ब्लड सारे करोले देते इधर 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 आए भी दे के हुण तुसीं हम हार के फिर तुसीं गड्डी च आईओ मैं सूट दिखाने सुधी दिमाग च क्यों फल्ट पैन लग गया तुसी पंजो जानी है तो देख लो भी उन्होंने की हाल कीते ने सारे दिन गेड़े का तो कड़ रहे बड़े समार के अंकल दिमाग हीले पैने सवेर दे सूट देखी जाने कहते देखने ही ने कहते दुकानदार थोड़े च इंटरस्ट ही नहीं दिखा रहा कहते इना कन्फ्यूज कर दियो दस तो प्लस ही कहा दस तो प्लस मतलब लख तक तू रेट लस लख भी लेंदे मैं तो उही लेना ना जेड़ा असीं लेना 100 रुपये च लेना भाई बड़ा कुछ क्या अज का जो दिन है ना ये सदियां सदियां तक चलूगा
10 ਸਾਲਾਂ ਬਾਅਦ ਵੀ ਆ ਤੈਨੂੰ ਯਾਦ ਕਰਾਂਗੇ ਜੀ ਬੁੱਢੇ ਹੋ ਗਏ ਹਾਂ ਵੀ ਅੱਜ ਕੰਬਲ ਲੈ ਕੇ ਮੁੜੇ ਆ ਸਾਹ ਲੂ ਮੇਰੇ ਮੁੱਟਾ ਵੀ ਅੱਜ ਕੰਬਲ ਲੈ ਕੇ ਮੁੜੇ ਆ ਓਕੇ ਬਾਏ ਚਲੋ ਸਾਰੇ ਜਣੇ ਕਰੋ ਬਾਏ ਸੋ ਜੋ ਕਰਾਂ ਗੁੱਡ ਨਾਈਟ ਸੁਖੀ ਬਾਏ ਬਾਏ